सी देख रहे हो सांझ टीवी न्यूज पोर्टल। पंजाब सरकार वालों पंचायती चोणां दे ऐलान किए जा चुके हैं, जिस कारण जिथे पिंडां विच चावन उम्मीदवारां वालों हुण तो ही अपने पक्की मुहिम छेड़ दित्ती है, उत्थे कई पिंडां विच गुटबंदी वेखण नूं सामने आ रही है, जिस नाल आपसी रंजिश दीआं घटनावां विच वाधा हो रहा है। ताज़ा मामला मुताबिक रजिंद्रा हस्पताल विखे दाखिल नाभा हलके दे पिंड सहोली दी एक महिला रेखा राणी, उसके पति ते पड़ोसी वकील राम ने दोष लगाए कि पिंड दे कांग्रेसी आगू ने एक साल पहला रेखा नाल बलात्कार किया सी, ते पुलिस विच सुनवाई ना होने कारण उसने कोर्ट का दरवाजा खटखटाया, ते हुण 1 अगस्त नू उस नाल दूजी धिर दीआं कुछ महिलावां ने मारकुट कीती। रेखा जी, की होया जी तुहाडे नाल? जी मेरे नाल सुच्चे ने फौजी ने, रात घर कोई नहीं सीगा जी, इन्होंने मेरे नाल बहुत धिक्का करिया जी। हाँ जी, मेरे नाल बहुत जबरदस्ती करी है इन्होंने। हाँ जी, ये सूरजमुखी का टाइम से साल, ये सूरजमुखी लगी है पिछले सूरजमुखी का टाइम सीगा जी, पिछले का ना जी, कितने नहीं रिपोर्ट लिखन दिता जी, साड़ी कोई सुनाई नहीं हो रही जी साड़ी। हाँ जी, दसदे हाँ गवाह नूं कुटदे सी ਵੀ ਤੁਸੀਂ ਗਵਾਹੀ ਨਾ ਦਿਓ, ਵੀ ਉਹਦੀ ਕੋਈ ਮਦਦ ਨਾ ਕਰੋ, ਵੀ ਜਿਹੜਾ ਕੁਛ ਅਸੀਂ ਨੇ ਕਰਿਆ ਵੀ ਉਹਦੇ ਬਾਰੇ ਫੈਸਲਾ ਕਰ ਲਓ, ਐਂ ਕਿਹਾ ਉਹਨਾਂ ਨੇ। ਫਿਰ ਉਹਨਾਂ ਨੇ ਐਂ ਬੋਲਿਆ ਵੀ ਜਿਹੜੀ 16 ਤਰੀਕ ਆ ਰਹੀ ਹੈ ਅਸੀਂ ਨੇ ਕੇਸ ਲਾਇਆ ਹੋਇਆ ਚੰਡੀਗੜ੍ਹ, ਕਹਿੰਦੇ ਫੈਸਲਾ ਕਰੋ। ਫੈਸਲਾ ਅਸੀਂ ਜੀ ਕਰਦੇ ਨਹੀਂ ਪਏ। ਹਾਂਜੀ, ਫੈਸਲਾ ਅਸੀਂ ਕਰਦੇ ਨਹੀਂ ਪਏ ਉਹ। ਹਾਂਜੀ, ਰਾਤ ਫਿਰ ਗਵਾਹ ਨੂੰ ਕੁੱਟਿਆ, ਮੈਂ ਕਿਸੇ ਦੇ ਘਰ ਬੈਠੀ ਸੀ, ਫਿਰ ਉਹਨਾਂ ਦੀ ਘਰਦਿਆਂ ਨੇ ਮੈਨੂੰ ਸਾਰਿਆਂ ਨੇ ਆ ਕੇ ਕੁੱਟਿਆ। ਹਾਂਜੀ, ਮੇਰੀਆਂ ਬਾਲੀਆਂ ਲੈ ਗਏ, ਹਾਂ ਮੈਨੂੰ ਮੇਰੀ ਚੈਨ ਸੀਗੀ ਗਲ 'ਚ ਉਹ ਵੀ ਲੈ ਗਏ, ਮੇਰੇ ਕੱਪੜੇ ਫਾੜਤੇ। ਵਾਕਿਆ ਸਰ ਜੀ, ਸਾਡੇ ਨਾਲ ਨਾ ਇਹ ਸੁਚਾਰ ਫੌਜੀ ਰਾਮ ਜੀ, ਅੱਜ ਤੋਂ 1.5 ਸਾਲ ਦੀ ਗੱਲ ਹੋ ਗਈ ਸਰ ਜੀ, ਸਾਡੀ ਨਾ ਤਾਂ ਕੋਈ ਪੁਲਿਸ ਸੁਣਵਾਈ ਕਰ ਰਹੀ ਹੈ ਜੀ, ਨਾ ਸਾਡੀ ਕੋਈ ਨਹੀਂ ਸੁਣਵਾਈ ਹੋ ਰਹੀ ਕਿਤੇ ਵੀ ਜੀ। ਸਾਡਾ ਪੰਚਾਇਤ 'ਚ ਫੈਸਲਾ ਹੋਇਆ ਜੀ, ਇਹਨਾਂ ਨੇ ਮੁਆਫੀ ਮੰਗੀ ਆ ਸੁਚਾਰ ਫੌਜੀ ਰਾਮ ਨੇ ਜੀ, ਅਤੇ ਉਸ ਤੋਂ ਬਾਅਦ ਮੈਂ 15 ਕੁ ਦਿਨਾਂ ਬਾਅਦ ਮੈਂ ਸਰ ਜੀ ਇਹਦੇ ਨਾਲ ਕੁੱਟਮਾਰ ਫੇਰ ਕਰੀ ਹੈ, ਅੰਦਰੋਂ ਖਿੱਚ ਕੇ ਜੀ, ਮੇਰੀ ਵਾਈਫ ਹੈ ਜੀ। ਮਾਮਲੇ ਤੇ ਕਾਂਗਰਸੀ ਵਰਕਰ ਸੁੱਚਾ ਸਿੰਘ ਮੁਤਾਬਿਕ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਵਰਕਰ ਹੈ, ਤੇ ਅੱਗੇ ਪੰਚਾਇਤੀ ਚੋਣਾਂ ਲੜਨ ਤੋਂ ਉਸਨੂੰ ਰੋਕਣ ਦੇ ਮਕਸਦ ਨਾਲ ਦੂਜੀ ਰਾਜਨੀਤਿਕ ਪਾਰਟੀ ਵੱਲੋਂ ਮਹਿਲਾ ਨੂੰ ਬਿਨਾਂ ਵਜ੍ਹਾ ਦੋਸ਼ ਲਗਾਉਣ ਲਈ ਅੱਗੇ ਕੀਤਾ ਗਿਆ। ਜੋ ਦੋਸ਼ ਲਗਾਏ ਗਏ ਹਨ ਉਹ ਸਰਾਸਰ ਝੂਠੇ ਹਨ। ਮਾਮਲਾ ਰਾਜਨੀਤਿਕ ਰੰਜਿਸ਼ ਦਾ ਹੈ ਤੇ ਰੇਪ ਦੇ ਦੋਸ਼ਾਂ ਤੇ 2 ਉੱਚ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕਰਕੇ ਰਿਪੋਰਟ ਅਨੁਸਾਰ ਦੋਸ਼ਾਂ ਨੂੰ ਝੂਠ ਦਾ ਪਲਿੰਦਾ ਦੱਸਿਆ ਗਿਆ ਹੈ। ਪਿੰਡ ਦੀ ਗਲੀ ਵਿੱਚ ਹੋਈ ਲੜਾਈ ਬੱਚਿਆਂ ਨੂੰ ਲੈ ਕੇ ਔਰਤਾਂ ਵਿਚਕਾਰ ਹੋਈ ਸੀ, ਉਸ ਸਮੇਂ ਉਹ ਪਿੰਡ ਵਿੱਚ ਹੀ ਮੌਜੂਦ ਨਹੀਂ ਸੀ। ਪਿੰਡ ਦੇ ਮੌਜੂਦਾ ਸਰਪੰਚ ਨੇ ਕਿਹਾ ਕਿ ਕਾਂਗਰਸੀ ਆਗੂ ਪਾਕ ਸਾਫ਼ ਹੈ, ਉਸ ਖਿਲਾਫ਼ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਹੈ। ਗੱਲ ਕਦੇ ਨਹੀਂ ਦੇਖੀ ਜੀ, ਨਾ ਆਪਾਂ ਨੂੰ ਕਿਸੇ ਨੇ ਮੌਕਾ ਦਿਖਾਇਆ, ਨਾ ਕਦੇ ਤੀਵੀਂ ਟੱਲੀ ਵਾਲੀ ਕਦੇ ਗੱਲ ਨਹੀਂ ਅਸੀਂ ਸੁਣੀ, ਨਾ ਕਦੇ ਬਾਹਰ ਅੰਦਰ ਕਦੇ ਨਹੀਂ, ਕਦੇ ਅੱਖਾਂ ਨਾਲ ਸੁਣੀ, ਅਸੀਂ ਪਿੰਡ 'ਚ ਰਹਿੰਦੇ ਜੀ, ਕਦੇ ਨਹੀਂ ਆਉਂਦੇ। ਵਧੀਆ ਬੰਦਾ ਵੀ, ਦੁਕਾਨ ਕਰਦਾ ਜੀ ਕਬਾੜ ਦੀ, ਨਾ ਕਿਸੇ ਨਾਲ ਰੌਲਾ ਨੀ ਗੌਲਾ ਨੀ, 3-4 ਜਵਾਕ ਨੇ ਉਹਦੇ, ਕੋਈ ਬਾਪ ਉਹਦਾ ਭਾਈ ਨਾਲ ਰਹਿੰਦੇ, ਕਦੇ ਕਿਸੇ ਨਾਲ ਲੜਾਈ ਝਗੜਾ ਪਿੰਡ ਦੇ ਕਦੇ ਕਿਸੇ ਬੰਦੇ ਨਾਲ ਨੀ ਹੋਇਆ, ਡੇਰੇ 'ਚ ਇਹਨਾਂ ਦਾ ਆਪਸ ਵਿੱਚ ਹੀ ਚੱਲੀ ਜਾਂਦਾ, ਬਾਹਰ ਨਾਭੇ ਤਹਿਸੀਲ 'ਚ ਇੱਕ ਵੀ ਰੌਲਾ ਸੁੱਚੇ ਦਾ ਕੋਈ ਸਬੂਤ ਕਰਾ ਦੇਵੇ, ਇੱਕ ਵੀ ਰੌਲਾ। ਇੱਕ CCTV ਦੇ ਵਿੱਚ ਇਹਦਾ ਪਰਿਵਾਰ ਕੁੱਟਮਾਰ ਕਰਦਾ ਦਿਖਿਆ ਸੁੱਚਾ ਸਿੰਘ ਦਾ? ਕਿਤੇ ਨਹੀਂ ਦੇਖਿਆ ਸੀ ਜੀ, ਕਿਤੇ ਕੋਈ ਨਹੀਂ ਦੇਖਿਆ ਹੈਗਾ ਕੋਈ ਵੀ, ਹਾਂ ਨਾ ਜਮਾਂ ਨਹੀਂ ਦੇਖਿਆ ਜੀ, ਜਮਾਂ ਵੀ। ਮਾਮਲੇ ਦੇ ਥਾਣਾ ਭਾਦਸੋ ਇੰਚਾਰਜ ਹਰਮਨਪ੍ਰੀਤ ਚੀਮਾ ਨੇ ਕਿਹਾ ਕਿ 2 ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਲੜਾਈ ਹੋਈ ਸੀ, ਜਿਸ ਤੇ ਦੋਹਾਂ ਧਿਰਾਂ ਦੇ ਕੁਝ ਲੋਕਾਂ ਨੇ ਕ੍ਰੋਸ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਕੀਤੀ ਗਈ ਹੈ। ਤਾਂ 1 ਤਰੀਕ ਨੂੰ ਦੋਵੇਂ ਧਿਰਾਂ ਦੀ ਲੜਾਈ ਹੋਈ ਸੀ, ਇੱਕ ਪਾਸੇ ਆਸ਼ਾ ਰਾਣੀ ਹੈ ਵਾਈਫ ਆਫ ਸੁੱਚਾ ਸਿੰਘ, ਇਹਦੇ 3 ਬੰਦੇ ਦਾਖਲ ਹੋਏ ਸੀ, ਇੱਕ ਪਾਰਟੀ ਵੱਲੋਂ ਰੇਖਾ ਰਾਣੀ DC ਰਾਮ 2 ਜਣੇ ਦਾਖਲ ਹੋਏ ਸੀ। ਦੋਵਾਂ ਪਾਰਟੀਆਂ ਦੇ ਬਿਆਨ ਲਿਖ ਕੇ ਮੁਕੱਦਮਾ ਨੰਬਰ 69 ਦਰਜ ਕੀਤਾ ਗਿਆ, ਬੰਦੀਆਂ ਧਾਰਾਵਾਂ ਤਹਿਤ ਕ੍ਰੋਸ ਕੇਸ ਹੈ ਇਹ, ਜੋ ਤਫਤੀਸ਼ ਦੇ ਗੱਲ ਸਾਹਮਣੇ ਆਊਗੀ ਉਹ ਜੀ ਕਾਰਵਾਈ ਕੀਤੀ ਜਾਊਗੀ ਦੋਨਾਂ ਪਾਰਟੀਆਂ ਦੇ ਖਿਲਾਫ਼। ਨਾਭਾ ਤੋਂ ਸੁਖਚੈਨ ਸਿੰਘ ਲਬਾਣਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।